ਕੁਝ ਹਾਸੇ ਅਜਿਹੇ ਹੁੰਦੇ ਨੇ ਜਿਨ੍ਹਾਂ ਤੋਂ ਬਾਅਦ ਤਬਾਹੀ ਦਾ ਮੰਜ਼ਰ ਹੁੰਦਾ ਹੈ ਤੇ ਉਸ ਤੋਂ ਬਾਅਦ ਹੀ ਪ੍ਰਸ਼ਾਸਨ ਹਰਕਤ ਵਿੱਚ ਆਉਂਦਾ ਨਜ਼ਰ ਆਉਂਦਾ ਹੈ। ਫਤਿਹਵੀਰ ਦੇ ਹਾਸੇ ਤੋਂ ਬਾਅਦ ਸਰਕਾਰ ਵੱਲੋਂ ਸਾਰੇ ਬੋਰਵੈਲ ਬੰਦ ਕਰਵਾਉਣ ਦੇ ਹੁਕਮ ਦਿੱਤੇ ਗਏ ਸੀ। ਥੋੜੇ ਦਿਨ ਪਹਿਲਾਂ ਬਟਾਲਾ ਵਿੱਚ ਪਟਾਕਾ ਫੈਕਟਰੀ 'ਚ ਇੱਕ ਧਮਾਕਾ ਹੋਇਆ ਸੀ ਤੇ ਬਹੁਤ ਸਾਰਾ ਜਾਨੀ ਮਾਲ ਨੁਕਸਾਨ ਹੋਇਆ। ਇਸ ਹਾਸੇ ਤੋਂ ਬਾਅਦ ਪ੍ਰਸ਼ਾਸਨ ਫਿਰ ਕੁੰਭਕਰਨੀ ਨੀਂਦ 'ਚੋਂ ਉੱਠਦਾ ਨਜ਼ਰ ਆ ਰਿਹਾ ਹੈ। ਇਸ ਦੇ ਤਹਿਤ ਬਠਿੰਡਾ ਪੁਲਿਸ ਨੇ ਚੌਕਸੀ ਵਧਾ ਦਿੱਤੀ ਹੈ। ਪੁਲਿਸ ਲਗਾਤਾਰ ਇਸ ਤੇ ਕੰਮ ਕਰ ਰਹੀ ਹੈ। ਬਠਿੰਡਾ ਪੁਲਿਸ ਨੇ ਰਿਹਾਇਸ਼ੀ ਇਲਾਕਿਆਂ ਵਿੱਚ ਬਣੀਆਂ ਪਟਾਕੇ ਦੀਆਂ ਫੈਕਟਰੀਆਂ ਵਿੱਚ ਛਾਪੇਮਾਰੀ ਕੀਤੀ ਅਤੇ ਭਾਰੀ ਮਾਤਰਾ ਵਿੱਚ ਪਟਾਕੇ ਬਰਾਮਦ ਕੀਤੇ ਨੇ। ਪੁਲਿਸ ਅਨੁਸਾਰ ਦੀਵਾਲੀ ਦੇ ਤਿਉਹਾਰ ਨੂੰ ਧਿਆਨ ਵਿੱਚ ਰੱਖਦਿਆਂ ਇਹ ਚੌਕਸੀ ਵਧਾ ਦਿੱਤੀ ਗਈ ਹੈ ਤੇ ਨਜਾਇਜ਼ ਚੱਲ ਰਹੀਆਂ ਫੈਕਟਰੀਆਂ ਤੇ ਛਾਪੇਮਾਰੀ ਕਰਕੇ ਮਾਮਲੇ ਵੀ ਦਰਜ ਕੀਤੇ ਗਏ ਨੇ। ਦੀਵਾਲੀ ਦੇ ਸੀਜ਼ਨ ਨੂੰ ਦੇਖਦੇ ਹੋਏ ਅਸੀਂ ਨਾ ਆਲਰੇਡੀ ਇੱਕ ਕੇਸ ਰਜਿਸਟਰ ਕੀਤਾ ਤੇ ਇੱਕ ਰਾਤ ਅਸੀਂ ਹੋਰ ਇੱਕ ਡਾਊਨ ਫੜਿਆ, ਉਹਦੇ ਵਿੱਚੋਂ ਵੀ ਰਿਕਵਰੀ ਹੋਈ ਹੈ, ਅਸੀਂ ਕੇਸ ਰਜਿਸਟਰ ਕਰ ਰਹੇ ਹਾਂ ਅਤੇ ਕੰਟੀਨਿਊ ਲਗਾਤਾਰ ਹੀ ਇਹ ਜਾਰੀ ਰਹੂਗੀ। ਜਿਹੜਾ ਵੀ ਕੋਈ ਆਥੋਰਾਈਜ਼ ਹੈ, ਜਿਹਦੇ ਕੋਲ ਕੋਈ ਪਰਮਿਸ਼ਨ ਹੈਗੀ ਜਾਂ ਜਿਹਦੇ ਕੋਲ ਕੋਈ ਬਿੱਲ ਹੈਗੇ, ਜਿਹੜਾ ਕੋਈ ਪੈਰਾਮੀਟਰ ਪੂਰੇ ਕਰਦਾ ਉਹਨੂੰ ਅਸੀਂ ਨਹੀਂ, ਪਰ ਜਿਨ੍ਹਾਂ ਨੇ ਆਥੋਰਾਈਜ਼ ਰੱਖੇ ਹੋਏ ਆ ਉਹਨਾਂ ਨੂੰ ਮੈਂ ਅਪੀਲ ਕਰਦਾ ਤੁਹਾਡੇ ਥਰੂ ਵੀ ਆਪਦਾ ਇਹ ਕੰਮ ਨਾ ਕਰ। ਬਿਊਰੋ ਰਿਪੋਰਟ, ਵਿਜ਼ਨ ਪੰਜਾਬ ਟੀਵੀ।